ਅਕਸਾਈਜ ਵਿਭਾਗ ਨੇ ਮਕਾਨ ਦੇ ਬਾਥਰੂਮ ਦੀ ਦੀਵਾਰ ਤੋੜ ਕੇ ਰੱਖੀ ਨਜਾਇਜ਼ ਸ਼ਰਾਬ ਕੀਤੀ ਬਰਾਮਦ। ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਪੁਲਿਸ ਅਤੇ ਅਕਸਾਈਜ ਵਿਭਾਗ ਵੱਲੋਂ ਛਾਪੇਮਾਰੀ ਦੌਰਾਨ ਇੱਕ ਘਰ ਦੇ ਬਾਥਰੂਮ ਦੀ ਦੀਵਾਰ 'ਚ ਰੱਖੀ ਨਜਾਇਜ਼ ਸ਼ਰਾਬ ਫੜੀ ਹੈ। ਅਕਸਾਈਜ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਰਾਬ ਲਗਾਉਣ ਦਾ ਇੱਕ ਵੱਖਰਾ ਤਰੀਕਾ ਅਪਣਾ ਰੱਖਿਆ ਸੀ। ਮਕਾਨ ਮਾਲਕ ਨੇ ਬਾਥਰੂਮ ਦੀ ਪੱਕੀ ਦੀਵਾਰ ਵਿੱਚ ਜਨਵਾਰ ਰੱਖੇ ਸਨ ਦੋ 10-10 ਲੀਟਰ ਦੇ ਕੈਨ ਅਤੇ ਦੀਵਾਰ ਵਿੱਚ ਕਰ ਰੱਖੇ ਸਨ ਦੋ ਛੋਟੇ-ਛੋਟੇ ਸਰਾਖ। ਇਸ ਸਰਾਖਾਂ ਨੂੰ ਮਕਾਨ ਮਾਲਕ ਨੇ ਪਲਾਸਟਿਕ ਦੇ ਕਲਿੱਪਾਂ ਨਾਲ ਢੱਕ ਰੱਖਿਆ ਸੀ ਤੇ ਸ਼ਰਾਬ ਵੇਚਦੇ ਸਮੇਂ ਸਰਾਖਾਂ ਦੇ ਜ਼ਰੀਏ ਪਾਈਪ ਨਾਲ ਸਾਹ ਖਿੱਚ ਕੇ ਕੱਢ ਲੈਂਦਾ ਸੀ ਸ਼ਰਾਬ। ਮਕਾਨ ਮਾਲਕ ਬਲਵਿੰਦਰ ਸਿੰਘ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਦੱਸਿਆ ਜਾ ਰਿਹਾ ਹੈ। ਪਟਾਲਾ ਪੁਲਿਸ ਨੇ ਐਕਸਾਈਜ਼ ਐਕਟ ਦੇ ਤਹਿਤ ਮਾਮਲਾ ਦਰਜ ਕਰਦੇ ਹੋਏ ਮਕਾਨ ਮਾਲਕ ਬਲਵਿੰਦਰ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅੱਗੇ ਦੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। चल पीए सर करो पैप ठा करो बोतल ठा करो बोतल थले रखो ठा के लाओ जी बाबा दोबारा करो ला ला डिगी ला लो सब हाँ बस ना ना खाओ मैं तोड़ा तोड़ना फिट की मूह के उत्ते नोजल बनाए हैं पिंड पाठे जैसे दस हाँ हाँ अच्छा इधर आप की मतलब की किया ना निप्पल ने देखो आ निप्पल खोए खोए आ निप्पल हां आ निप्पल पड़ता जी आप भाभी इधर देखो खोए 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 हां निप्पल है बाबा निप्पल है निप्पल ਦੇ ਵਿੱਚ ਕੀ ਸਮੈਲ ਖਾਈ ਆ ਲੋ ਸਰ ਤੋੜਦੇ ਆ ਪਿਆ ਸਮੈਲ ਹਾਂ ਸ਼ਰਾਬ 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 ਕਰਨਾ ਨੁਕਸਾਨ ਆ ਲੇਕਿਨ ਕਿ ਲਾਹ ਨਿਪਲ ਜੇ ਕੀ ਹੋ ਜਾਏ ਆ ਵੇਖੋ ਸਰ ਆ ਦੇਖੋ ਹਾਂ ਠੀਕ ਹੈ ਇੱਧਰ ਵੀ ਵੇਖੋ जो भी है पापा जे नू निकलदा ठीक है ना बंदे दे पुत पांग निके निप्पल जे किथे अच्छा इधर आप की मतलब की किया ना निप्पल ने देखो आ निप्पल खोए खोए आ निप्पल हां आ निप्पल पड़ता जी आप भाभी इधर देखो खोए 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 हां निप्पल है आ निप्पल है निप्पल ਦੇ ਵਿੱਚ ਕੀ ਸਮੈਲ ਖਾਈ ਆ ਲੋ ਸਰ ਤੋੜਦੇ ਆ ਪਿਆ ਸਮੈਲ ਹਾਂ ਸ਼ਰਾਬ 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 ਸ਼ਰਾਬ
ਮਾਨਯੋਗ ਸਹਾਇਕ ਆਬਕਾਰੀ ਕਮਿਸ਼ਨਰ ਮੈਡਮ ਰਾਜਵਿੰਦਰ ਕੌਰ ਬਾਜਵਾ ਜੀ ਨੇ ਹੁਕਮ ਅਤੇ ਇੰਸਪੈਕਟਰ ਹਰਵਿੰਦਰ ਜੀ ਅਤੇ ਐਕਸਾਈਜ਼ ਇੰਸਪੈਕਟਰ ਇੰਦਰਵੀਰ ਰੰਧਾਵਾ ਜੀ ਹੋਣਾਂ ਨੇ ਸਾਡੇ ਬਟਾਲੇ ਦੇ ਵੱਖ ਵੱਖ ਪਿੰਡਾਂ 'ਚ ਰੇਡ ਕੀਤੀ ਅਤੇ ਰੇਡ ਦੌਰਾਨ ਕਿਲ੍ਹਾ ਟੇਕ ਸਿੰਘ ਵਿੱਚ ਬਲਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਘਰ ਰੇਡ ਕੀਤੀ ਜੋ ਕਿ ਪਿੰਡ ਦਾ ਪਾਠੀ ਅਤੇ ਕਮਰਧਾਰੀ ਸਿੱਖ ਸੀ ਅਤੇ ਉਸ 'ਤੇ ਆਪਣੇ ਬਾਥਰੂਮ ਦੇ ਵਿੱਚ 10-10 ਲੀਟਰ ਦੀਆਂ ਕੈਨੀਆਂ ਪੱਕੀਆਂ ਵਿੱਚ ਕੰਧ ਦੇ ਦੀਵਾਰ ਦੇ ਵਿੱਚ ਚਿਣੀਆਂ ਸੀ ਅਤੇ ਇੱਕ ਫਿਲਟਰ ਵਾਲੀ ਬਰੀਕ ਪਾਈਪ ਲਾ ਕੇ ਮੂੰਹ ਦੇ ਨਾਲ ਉਹਦੇ ਵਿੱਚ ਹਵਾ ਭਰ ਕੇ ਉਹਦੇ ਵਿੱਚੋਂ ਦਾਰੂ ਭਰ ਕੇ ਸੇਲ ਕਰਦਾ ਸੀ। ਅੱਛਾਈ ਵਿਭਾਗ ਦੇ ਇੰਸਪੈਕਟਰਾਂ ਨੇ ਨਾਲ ਪੁਲਿਸ ਮੁਲਾਜ਼ਮਾਂ ਨੇ ਬੜੀ ਮੁਸਤੈਦੀ ਨਾਲ ਕਾਬੂ ਕਰਕੇ ਉਸ ਵਿਰੁੱਧ ਮੁਕੱਦਮਾ ਨੰਬਰ 292 ਥਾਣਾ ਸਿਵਲ ਲਾਈਨ ਵਿੱਚ ਦਰਜ ਕਰਵਾਇਆ।